ਸ਼੍ਰੀ ਫਤਿਹਗੜ੍ਹ ਸਾਹਿਬ ਦਾ ਪਵਿੱਤਰ ਅਸਥਾਨ, ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ੀ ਹਵੇਲੀ, ਮੁੜ ਤੋਂ ਦਿਖੇਗੀ ਹਵੇਲੀ ਦੀ ਵਿਰਾਸਤੀ ਝਲਕ। ਤਸਵੀਰਾਂ ਦੇ ਵਿੱਚ ਖੰਡਰ ਰੂਪੀਏ ਇਮਾਰਤ, ਦੀਵਾਨ ਟੋਡਰ ਮੱਲ ਜੀ ਦੀ ਵਿਰਾਸਤੀ ਜਹਾਜ਼ੀ ਹਵੇਲੀ ਹੈ, ਜਿਸ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਹ ਖੰਡਰ ਬਣ ਚੁੱਕੀ ਹੈ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਜਲਦ ਹੀ ਇਸ ਦੀ ਵਿਰਾਸਤੀ ਝਲਕ ਦੁਬਾਰਾ ਦੇਖਣ ਨੂੰ ਮਿਲੇਗੀ। ਹਾਈ ਕੋਰਟ ਦੇ ਵਿੱਚ ਚੱਲ ਰਹੇ ਕੇਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ HC ਅਰੋੜਾ ਦੇ ਵੱਲੋਂ ਹੁਣੇ ਪਟੀਸ਼ਨ ਵਾਪਸ ਲੈ ਲਈ ਗਈ ਹੈ ਅਤੇ ਜਲਦ ਹੀ ਇਸ ਹਵੇਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਏਗਾ ਤੇ ਮੁੜ ਤੋਂ ਇਹ ਹਵੇਲੀ ਆਪਣੀ ਵਿਰਾਸਤੀ ਦਿੱਖ ਵਿੱਚ ਨਜ਼ਰ ਆਏਗੀ। ਇਸ ਪਵਿੱਤਰ ਸਥਾਨ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਇਤਿਹਾਸ ਜੁੜਿਆ ਹੋਇਆ ਹੈ। ਦੀਵਾਨ ਟੋਡਰ ਮੱਲ ਜੀ, ਜਿਨ੍ਹਾਂ ਨੇ ਖੜੀਆਂ ਸੋਨੇ ਦੀਆਂ ਮੋਹਰਾਂ ਰੱਖ ਕੇ ਇਸ ਜ਼ਮੀਨ ਨੂੰ ਖਰੀਦਿਆ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੀ, ਪਰ ਉਹਨਾਂ ਦੀ ਆਪਣੀ ਇਸ ਹਵੇਲੀ ਦੇ ਲਈ ਇੱਕ ਨਿੱਕਾ ਪੈਸਾ ਨਹੀਂ ਲਗਾਇਆ ਗਿਆ ਅਤੇ ਸਾਂਭ ਸੰਭਾਲ ਨਾ ਹੋਣ ਕਾਰਨ ਇਹ ਹਵੇਲੀ ਖੰਡਰ ਬਣ ਗਈ। ਇੱਕ ਵਾਰ ਫਿਰ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਇਸ ਦੀ ਮੁਰੰਮਤ ਹੋਏਗੀ, ਮੁੜ ਤੋਂ ਇਸ ਦੀ ਵਿਰਾਸਤੀ ਝਲਕ ਦੇਖਣ ਨੂੰ ਮਿਲੇਗੀ। ਹਾਈ ਕੋਰਟ ਦੇ ਵੱਲੋਂ ਵੀ ਆਦੇਸ਼ ਦਿੱਤੇ ਗਏ ਨੇ ਕਿ ਇਹ ਢਾਂਚਾ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਏਗਾ, ਕਿਸੇ ਤਰ੍ਹਾਂ ਦੀ ਕੋਈ ਵੀ ਛੇੜਛਾੜ ਨਹੀਂ ਕੀਤੀ ਜਾਏਗੀ। ਉਧਰ ਹੀ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਵੀ ਕਹਿ ਦਿੱਤਾ ਹੈ ਕਿ ਜੰਗੀ ਪੱਧਰ ਤੇ ਹੁਣ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਅੱਜ ਬੜਾ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਹਵੇਲੀ ਦਾ ਜਿਹੜਾ ਲੰਮੇ ਟਾਈਮ ਤੋਂ ਕੋਰਟ ਕੇਸ ਚੱਲ ਰਿਹਾ ਸੀ, ਜਿਹੜਾ ਕਿ HC ਅਰੋੜਾ ਸਾਹਿਬ ਇੱਕ ਧਿਰ ਸਨ SGPC ਦੇ ਨਾਲ, ਅਤੇ ਉਹਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ। ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਨੇ ਇਸ ਹਵੇਲੀ ਦੀ 1 ਸਾਲ ਤੋਂ ਪਹਿਲਾਂ ਸੇਵਾ ਜਿਹੜੀ ਹੈ ਉਹ ਸੰਭਾਲੀ ਤੀ, ਅਤੇ ਅਸੀਂ ਲਗਾਤਾਰ ਅਸੀਂ ਵੀ ਨਾਲ ਕੇਸ ਹੈ ਜਿਹੜਾ ਉਹਨੂੰ ਦੇਖਦੇ ਹੋਏ ਪੰਜਾਬ ਸਰਕਾਰ ਨਾਲ ਸਾਡੀਆਂ ਫਾਊਂਡੇਸ਼ਨ ਦੀਆਂ ਕਈ ਮੀਟਿੰਗਾਂ ਹੋਈਆਂ ਅਤੇ ਪੁਰਾਤਨ ਵਿਭਾਗ ਨਾਲ ਲਗਾਤਾਰ ਰਾਬਤਾ ਰਿਹਾ ਅਤੇ HC ਅਰੋੜਾ ਸਾਹਿਬ ਨਾਲ ਸਾਡਾ ਲਗਾਤਾਰ ਰਾਬਤਾ ਰਿਹਾ, ਅਤੇ ਉਹ ਕਾਰਜ ਜਿਹੜਾ ਅੱਜ ਬਿਲਕੁਲ ਕਲੀਅਰ ਹੋ ਗਿਆ, ਅਤੇ ਜੋ ਅਰੋੜਾ ਸਾਹਿਬ ਦੇ ਇਤਰਾਜ਼ ਸੀ ਉਹ ਅਸੀਂ ਫਾਊਂਡੇਸ਼ਨ ਵੱਲੋਂ ਦੂਰ ਕਰ ਦਿੱਤੇ ਹੈ, ਅਤੇ ਅਸੀਂ ਬਹੁਤ ਛੇਤੀ ਜਿਹੜਾ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਉਹਨੂੰ ਤੁਸੀਂ ਬਹੁਤ ਜਲਦੀ ਉਹਦੀ ਜਿਹੜੀ ਸਾਂਭ ਸੰਭਾਲ ਦੇਖੋਗੇ। ਜੋ ਜੋ ਉਹ 18ਵੀਂ ਸਦੀ ਦੇ ਵਿੱਚ ਉਹ ਹਵੇਲੀ ਹੈ ਸੀ ਉਸ ਤਰ੍ਹਾਂ ਦੀ ਦਿੱਖ ਪੁਰਾਤਨ ਦਿੱਖ ਬਹਾਲ ਕਰਨ ਦੇ ਲਈ ਅਸੀਂ ਇੱਕ ASI ਇੰਡੀਆ ਦੀ ਟੀਮ ਹੈ ਜਿਹੜੀ ਜਿਨ੍ਹਾਂ ਨੇ ਲਾਲ ਕਿਲੇ 'ਤੇ ਜਾਂ ਜਲ੍ਹਿਆਂਵਾਲੇ ਬਾਗ 'ਤੇ ਅਤੇ ਹੈਰੀਟੇਜ 'ਤੇ ਕੰਮ ਕਰ ਰਹੀ ਹੈ, ਸਾਡੀ ਉਹਦੇ ਨਾਲ ਗੱਲਬਾਤ ਚੱਲ ਰਹੀ ਹੈ। ਜਲਦੀ ਅਸੀਂ ਉਹਨੂੰ ਜਿਹੜਾ ਉਹਦੇ ਨਾਲ ਸਾਡਾ ਐਗਰੀਮੈਂਟ ਹੋ ਜਾਏਗਾ